ਅਜਵਾਨ ਬਾਲਮੀਕੀ ਚੌਂਕ ਦੇ ਵਿੱਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ ਧਰਨਾ ਲਗਾਇਆ ਗਿਆ ਹੈ। ਮੇਰਾ ਨਾਮ ਹੁਸ਼ਿਆਰ ਹੈ। ਕਿਹੜੀ ਯੂਨੀਅਨ ਤੋਂ ਜੀ? ਆਂਗਨਵਾੜੀ ਮੁਲਾਜ਼ਮ ਪੰਜਾਬ ਸੇਟ। ਕਿਸ ਚੀਜ਼ ਨੂੰ ਲੈ ਕੇ ਧਰਨਾ ਲਗਾਇਆ ਜੀ? ਆਂਗਨਵਾੜੀ ਵਰਕਰ ਹੈਲਪਰ ਬੜੇ ਲੰਬੇ ਚਿਰ ਤੋਂ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਦੇ ਵਿੱਚ ਹੈ। 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੇ ਆਈ ਨੇ। ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ, ਆਪਣੇ ਚੋਣ ਮੈਨੀਫੈਸਟੋ 'ਚ ਵੀ ਦਰਜ ਕੀਤਾ ਸੀ ਕਿ ਜੇਕਰ ਅਸੀਂ ਸੱਤਾ 'ਚ ਆਉਂਦੇ ਹਾਂ ਤਾਂ ਆਂਗਨਵਾੜੀ ਵਰਕਰ ਹੈਲਪਰ ਦਾ ਮਾਣ ਪੱਤਾ ਦੁੱਗਣਾ ਕੀਤਾ ਜਾਵੇਗਾ। ਦੁੱਗਣਾ ਕਰਨਾ ਤਾਂ ਦੂਰ ਦੀ ਗੱਲ, ਜਿਹੜਾ ਆਂਗਨਵਾੜੀ ਵਰਕਰਾਂ ਨੂੰ ਮੰਥਲੀ ਮਾਨ ਦੇ ਮਿਲਦਾ ਸੀ ਉਹ ਵੀ ਮੰਥਲੀ ਨਹੀਂ ਮਿਲ ਰਿਹਾ, ਉਹ ਵੀ ਟੁਕੜਿਆਂ ਦੇ ਵਿੱਚ ਮਿਲ ਰਿਹਾ। ਆਂਗਨਵਾੜੀ ਕੇਂਦਰਾਂ 'ਚ ਬਹੁਤ ਹੀ ਗੰਦੀ ਅਤੇ ਘਟੀਆ ਸੜੀ ਹੋਈ ਫੀਡ ਹੈ ਜੋ ਗਰੀਬਾਂ ਦੇ ਬੱਚਿਆਂ ਲਈ ਦਿੱਤੀ ਜਾ ਰਹੀ ਹੈ, ਜੋ ਕਿ ਬੱਚਿਆਂ ਅਤੇ ਔਰਤਾਂ ਦੀ ਸਿਹਤ ਨਾਲ ਖਿਲਵਾੜ ਹੈ। ਸਾਡੀ ਮੰਗ ਹੈ ਕਿ ਸੁਪਰੀਮ ਕੋਰਟ ਦਾ ਔਰਡਰ ਹੈ, ਵਰਕਰ ਅਤੇ ਹੈਲਪਰ ਨੂੰ ਪੈਨਸ਼ਨ ਅਤੇ ਗ੍ਰੈਚੁਟੀ ਦਿੱਤੀ ਜਾਵੇ, ਸੁਪਰੀਮ ਕੋਰਟ ਦਾ ਔਰਡਰ ਲਾਗੂ ਕੀਤਾ ਜਾਵੇ। ਠੀਕ ਹੈ।